ਕਤਲਕਾਂਡ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਦੱਸੀ ਕਿ ਦਿਓਰ ਭਰਜਾਈ ਦੇ ਕਤਲ ਦਾ ਇਹ ਮਾਮਲਾ ਹੈ, ਜਿਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਹੈ ਤਾਂ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਕਿ ਇਸ ਦੇ ਕਤਲ ਦੇ ਪਿੱਛੇ ਕਸੂਰਵਾਰ ਕੌਣ ਹੈ, ਕਿਹਨਾਂ ਦੇ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਦੀ ਕਿ ਘਟਨਾ ਮਾਨਸਾ ਦੇ ਪਿੰਡ ਅਹਿਮਦਪੁਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਇੱਕ ਬਜ਼ੁਰਗ ਦਿਓਰ ਭਰਜਾਈ ਦਾ ਕਤਲ ਕੀਤਾ ਗਿਆ, ਜੋ ਕਿ ਆਪਣੇ ਘਰ ਦੇ ਵਿੱਚ ਦੇਰ ਰਾਤ ਸੋ ਰਹੇ ਸੀ ਤੇ ਅਚਾਨਕ ਕੁਝ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ, ਖਿੜਕੀ ਤੋੜ ਕੇ ਉਹਨਾਂ ਦੇ ਵੱਲੋਂ ਅੰਦਰ ਜਾਇਆ ਜਾਂਦਾ ਹੈ ਤੇ ਉਹਨਾਂ ਦੇ ਉੱਪਰ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਦੂਸਰੀ ਖਿੜਕੀ ਦੇ ਰਾਹੀਂ ਉਹ ਬਾਹਰ ਨਿਕਲ ਜਾਂਦੇ ਨੇ। ਹਾਲਾਂਕਿ ਇਹ ਹਮਲਾਵਰ ਕੌਣ ਸੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ। ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਤਾਂ ਕਿਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਦੱਸੀ ਕਿ ਦੋਵੇਂ ਬਜ਼ੁਰਗ ਦੱਸੇ ਜਾ ਰਹੇ ਨੇ ਜਿਹਨਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਹੋਈਆਂ ਨੇ। ਉੱਥੇ ਦੱਸੀ ਕਿ ਮ੍ਰਿਤਕਾਂ ਦੀ ਪਛਾਣ ਦਿਓਰ ਦਾ ਨਾਂ ਜਹਾਂਗੀਰ ਸਿੰਘ ਦੱਸਿਆ ਜਾ ਰਿਹਾ, ਜਿਸ ਦੀ ਉਮਰ 62 ਸਾਲ ਹੈ। ਉੱਥੇ ਦੱਸਦੀ ਕਿ ਮਹਿਲਾ ਦਾ ਨਾਂ ਰਣਜੀਤ ਕੌਰ ਹੈ, ਜਿਹਨਾਂ ਦੀ ਉਮਰ 60 ਸਾਲ ਹੈ। ਉੱਥੇ ਦੱਸਦੀ ਕਿ ਇਹਨਾਂ ਦੋਵਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਸਵੇਰੇ ਇਹ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਅਧਿਕਾਰੀਆਂ ਨੂੰ ਵੀ ਮੌਕੇ ਤੇ ਬੁਲਾਇਆ ਜਾਂਦਾ ਤਾਂ ਪੁਲਿਸ ਅਧਿਕਾਰੀ ਫੋਰੈਂਸਿਕ ਟੀਮਾਂ ਦੇ ਨਾਲ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਅਸਲ ਕਸੂਰਵਾਰਾਂ ਤੱਕ ਪਹੁੰਚਿਆ ਜਾ ਸਕੇ, ਅਸਲ ਹਮਲਾਵਰਾਂ ਤੱਕ ਪਹੁੰਚਿਆ ਜਾ ਸਕੇ ਤੇ ਪਤਾ ਲੱਗ ਸਕੇ ਕਿ ਕਿਹਨਾਂ ਕਾਰਨਾਂ ਕਾਰਨ ਇਹਨਾਂ ਬਜ਼ੁਰਗ ਦਿਓਰ ਭਰਜਾਈ ਦਾ ਕਤਲ ਕੀਤਾ ਗਿਆ। ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀ ਕਰਦੇ ਹੋਏ ਨਜ਼ਰ ਆ ਰਹੇ। ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ। ਤੜਕੇ 6 ਵਜੇ ਪਤਾ ਲੱਗਿਆ ਜੀ। ਕੀ ਦੇਖਿਆ ਤੁਸੀਂ ਸਵੇਰੇ 6 ਵਜੇ? ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ, ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਿਆ ਸੀ। ਅੱਛਾ, ਇਧਰ ਦੀ ਬੰਦੇ ਆਏ ਨੇ ਜੀ, ਆਏ ਦੇ ਲੈ ਕੱਢ ਕੇ। ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸੀ ਇਹਨਾਂ ਨੇ ਜਾਂ ਕੋਈ ਜਿਹੜਾ ਕੁਛ ਵਾਰ ਕੀਤਾ ਕਿਸੇ ਨੇ? ਸਿਰ ਚ ਜੀ ਇਕੱਲੀ ਸੱਟ, ਤੇ ਲੇਡੀ ਦੇ ਮਾਤਾ ਦੇ? ਲੇਡੀ ਜੀ ਦੇ ਵੀ ਸਿਰ ਚ ਜੀ। ਅੱਛਾ, ਤੁਹਾਨੂੰ ਮੇਰਾ ਐਂ ਲੱਗਦਾ ਵੀ ਰਾਤ ਦੀ ਘਟਨਾ ਇਹ? ਹਾਂ ਜੀ। ਤੁਹਾਡੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸਮ ਦੀ ਕੋਈ ਤਕਰਾਰਬਾਜ਼ੀ ਪਹਿਲਾਂ ਕੁਛ? ਨਾ ਜੀ। ਕੁਛ ਚਿਰ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਇਹੋ ਜਿਹੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ? ਨਾ ਜੀ। ਇਹਦੇ ਜੇ ਅਜੀ ਸਾਡੇ ਮੁੱਖ ਅਫਸਰ ਥਾਣਾ ਸਿਟੀ ਬੁਲਾਡਾ ਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਵੀ ਇਹ ਕਰਕੇ ਉੱਥੇ ਕੋਈ ਕਤਲ ਹੋ ਗਿਆ ਅਤੇ ਇਹਨਾਂ ਨੇ ਤੁਰੰਤ ਸੂਚਨਾ ਦਿੱਤੀ PCR ਨੂੰ ਸਾਨੂੰ, ਅਤੇ ਅਸੀਂ ਤੁਰੰਤ ਮੌਕੇ 'ਤੇ ਪਹੁੰਚੇ ਹਾਂ। ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ, ਅਤੇ ਉਹਨਾਂ ਦੀ ਭਰਜਾਈ ਰਣਜੀਤ ਕੌਰ ਜਾਂ ਕਿਸੇ ਨਾਮੂਲੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ, ਅਤੇ ਜਿਸਦੇ ਸੰਬੰਧ 'ਚ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਆ। ਮੌਕੇ 'ਤੇ ਸਾਡੀਆਂ ਫੋਰੈਂਸਿਕ ਸਾਇੰਸ ਟੀਮਾਂ ਅਤੇ ਡੌਗ ਸਕਾਡ, ਫਿੰਗਰ ਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ, ਅਤੇ CI ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ 'ਤੇ ਲੱਗੇ ਹੋਏ ਨੇ। ਜਲਦੀ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਜਾਊਗਾ। ਕੋਈ ਇਹਨਾਂ ਦਾ ਕੋਈ ਪੁਰਾਣਾ ਕੋਈ ਝਗੜਾ ਕੋਈ ਇਸ ਤਰ੍ਹਾਂ ਦਾ ਕੋਈ ਰਿਕਾਰਡ ਇਸ ਪਰਿਵਾਰ ਦਾ? ਹਾਂ ਜੀ, ਤੱਕ ਅਜਿਹੀ ਕੋਈ ਗੱਲ ਇਹਨਾਂ ਨੇ ਆਸ-ਪਾਸ ਤੋਂ ਪਤਾ ਕਰਨ ਤੋਂ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਇਹੀ ਗੱਲ ਨਹੀਂ ਦੱਸੀ ਵੀ ਸਾਡਾ ਕਿਸੇ ਨਾਲ ਝਗੜਾ ਹੋ ਗਿਆ। ਕਤਲ ਤੇਜ਼ ਹਥਿਆਰ ਨਾਲ ਹੋ ਗਿਆ, ਕਿਸ ਤਰ੍ਹਾਂ ਲੱਗਦਾ? ਇਹ ਮੈਡੀਕਲ ਰਿਪੋਰਟ ਤੋਂ ਪਤਾ ਲੱਗੂ ਜੀ।